1500 रुपया प्रति एकड़ सीधी झोने की बिजाई बारे उन्होंने भी हदायत की ने कि हरेक एम एल ए अपने अपने विधानसभा इस गलू अच्छे तरीके रखे सबू समझावे वो किसान की फसल के भी वाधा होएगा पंजाब का पानी भी बचेगा और पंजाब के जोड़ा एक एक जो फाइनैशली किसान एक सफर कर रहा वो निजात मिलेगी। अगर पहलिया सरकार ने कदम चके होंगे शायद अच्छे पंजाब के ये हालात ना होंगे पानी इन्ना थले ना जाता तो विरोधियों का काम कहना साडा काम करना है। भगवंत मान साहब बहुत गंभीरता बड़े अच्छे तरीके वैल मैनेज करके सब के सहयोग के नाल साडे असी सारे एम एल ए साडी सारी टीम जिहड़ी है पूरी पंजाब सरकार मिल के काम कर रही है। ਹੁਣ ਐਮ ਓ ਯੂ ਨੇ ਗੈਰ ਸੰਵਿਧਾਨਿਕ ਦੱਸ ਦਿੱਤਾ ਬਕਾਇਦਾ ਪੀ ਪੀ ਸੀ ਸੀ ਪ੍ਰਧਾਨ ਜਿਹੜੇ ਨੇ ਉਹ ਆਰਟੀਕਲ ਨੰਬਰ 10 ਕੇ ਉਹਨਾਂ ਦੱਸਿਆ ਕਿ ਹਾਂ ਬਈ ਇਹ ਜਿਹੜਾ ਐਮ ਓ ਯੂ ਸਾਈਨ ਹੋਇਆ ਗੈਰ ਸੰਵਿਧਾਨਿਕ ਨਾ ਉੱਥੇ ਗਵਰਨਰ ਸਾਹਿਬ ਮੌਜੂਦ ਸੀ ਅਤੇ ਨਾ ਉੱਥੇ ਚੀਫ ਸੈਕਟਰੀ। ਲੋਕਾਂ ਨਾਲ ਜਿਹੜੇ ਕੀਤੀਆਂ ਗਰੰਟੀਆਂ ਨੇ ਉਹਨਾਂ ਨੂੰ ਪੂਰਾ ਕਰਨਾ ਕੀ ਗੁਨਾਹ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਗੁਨਾਹ ਹੈ ਕਿ ਲੋਕਾਂ ਦੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇਣੀ ਗੁਨਾਹ ਹੈ ਜੀ? ਅਗਰ ਇਹ ਗੁਨਾਹ ਹੈ ਜੀ ਫਿਰ ਤਾਂ ਮੈਂ ਮੰਨਦਾ ਕਿ ਵਾਕਈ ਗਲਤ ਕੀਤਾ ਜੀ। ਵਿਰੋਧੀਆਂ ਨੇ ਬੋਲਣਾ ਉਹ ਬੋਲੀ ਜਾਣਗੇ। ਤੁਸੀਂ ਦੇਖਿਓ ਸਾਲ ਬਾਅਦ ਜਦੋਂ ਸਕੂਲਾਂ ਦੀ ਆਊਟਪੁੱਟ ਨਿਕਲੀ ਨਾ ਜਦੋਂ ਹਸਪਤਾਲਾਂ ਦੀ ਆਊਟਪੁੱਟ ਨਿਕਲੀ ਇਹੀ ਵਿਰੋਧੀ ਫਿਰ ਉੱਥੇ ਆਪਣਾ ਇਲਾਜ ਕਰਾਉਂਦੇ ਨਜ਼ਰ ਆਉਣਗੇ ਫ੍ਰੀ। ਅੱਜ ਦੱਸਿਆ ਸੀ ਐਮ ਸਾਹਿਬ ਨੇ ਕਿ ਕੋਲੇ ਦੀ ਖਾਨ ਹੈ ਬਿਹਾਰ 'ਚ ਜਿਹੜੀ ਪੰਜਾਬ ਸਰਕਾਰ ਦੀ ਹੈ ਉਹ ਐਂ ਪਈ ਸੀਗੀ ਔਰ ਸੀ ਐਮ ਸਾਹਿਬ ਨੇ ਦੱਸਿਆ ਕਿ ਮੈਂ ਹੁਣ ਖੁਦ ਜਾ ਕੇ ਉਹ ਕੋਲੇ ਦੀ ਖਾਨ ਦਾ ਉਦਘਾਟਨ ਕਰਾਂਗਾ। ਕੋਲਾ ਉੱਥੋਂ ਸਿੱਧਾ ਸਪਲਾਈ ਹੈ ਇਹ ਉੱਥੋਂ ਨਹੀਂ ਸੀ ਲੈਂਦੇ ਕੋਲਾ ਇਹ ਬਾਹਰੋਂ ਲੈਂਦੇ ਸੀ ਕਮਿਸ਼ਨ ਵਿੱਚ ਲੈਂਦੇ ਸੀ ਉਹਦੇ ਵਿੱਚ। 2012 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਚੀਫ ਮਿਨਿਸਟਰ ਸੀਗੇ ਔਰ ਸੁਖਬੀਰ ਬਾਦਲ ਨੇ ਇਸ ਕਰਕੇ ਸੋਲਰ ਐਨਰਜੀ ਦਾ ਪ੍ਰੋਜੈਕਟ ਡਿਨਾਏ ਕਰਤਾ ਸੀ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਮਨਮਰਜ਼ੀ ਦਾ ਕਮਿਸ਼ਨ ਨਹੀਂ ਸੀ ਮਿਲ ਰਿਹਾ ਔਰ 2012 ਤੋਂ ਲੈ ਕੇ ਹੁਣ ਕਿੰਨਾ ਚੱਲ ਰਿਹਾ 2022 10 ਸਾਲ ਹੋ ਗਏ ਪੰਜਾਬ ਨੂੰ ਸਫ਼ਰ ਕਰਦਿਆਂ ਨੂੰ। ਅਗਰ ਕਿਤੇ ਅਕਾਲੀ ਦਲ ਸਰਕਾਰ ਨੇ ਉਦੋਂ ਸਹੀ ਫੈਸਲਾ ਕੀਤਾ ਹੁੰਦਾ ਅੱਜ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੀ ਨਾ ਆਉਂਦਾ। ਸਾਡਾ ਮੌਜੂਦ ਨੇ ਦੇਵ ਮਾਨ ਸੁਦੇਵ ਮਾਨ ਜੀ ਕੀ ਅੱਜ ਮੀਟਿੰਗ 'ਚ ਅਸਲ 'ਚ ਕੀ ਫੈਸਲਾ ਹੋਇਆ ਕਿਸ ਤਰੀਕੇ ਦਾ ਫੈਸਲੇ 'ਤੇ ਕੀ ਅਹਿਮ ਮੁੱਦੇ ਰਹੇ ਇਸ ਮੀਟਿੰਗ ਦੇ ਖਾਸ ਕਰ ਸੀ ਐਮ ਭਗਵੰਤ ਮਾਨ ਨੇ ਆਪ ਅੱਜ ਮੀਟਿੰਗ ਲਿੱਤੀ ਸੀ? ਬਿਲਕੁਲ ਸੀ ਐਮ ਸਾਹਿਬ ਨੇ ਮੀਟਿੰਗ ਸੱਦੀ ਹੈ ਸਾਰੇ ਐਮ ਐਲ ਏ ਸਾਹਿਬਾਨ ਜਿੰਨੇ ਸੀਗੇ ਸਭ ਤੋਂ ਵਿਚਾਰ ਲਏ ਗਏ ਆ ਔਰ ਸਭ ਨੇ ਬੜੀ ਪੋਜ਼ਿਟਿਵ ਵੇ ਨਾਲ ਜਿਹੜੀ ਗੱਲ ਸੁਣਾਈ ਆ ਉਹਨਾਂ ਨੇ ਸੁਣੀ ਹੈ ਅਤੇ ਉਹਦੇ ਵਿੱਚ ਕੁਛ ਕੁ ਗੱਲਾਂ ਆਈਆਂ ਨੇ ਜਿਵੇਂ ਜਿਹੜੀ ਬਿਊਰੋਕਰੇਸੀ ਹੈ ਉਹਦੇ ਵਿੱਚ ਜਿਹੜੇ ਥੱਲੇ ਲੈਵਲ 'ਤੇ ਕੁਛ ਕੁ ਸਿਸਟਮ ਹੈਗਾ ਜਿਹੜਾ ਜਿਹੜਾ ਬਦਲਾਅ ਕਰਨ ਵਾਲਾ ਕਿ ਉਹ ਬਦਲਿਆ ਜਾਵੇ। ਕੁਛ ਕੁ ਗੱਲਾਂ ਐਸੀਆਂ ਨੇ ਜਿਹੜੀਆਂ ਗਰੀਬ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਅਤੇ ਉਹਦੇ ਵਿੱਚ ਬਹੁਤ ਪਾਰਦਰਸ਼ਤਾ ਨਾਲ ਕੰਮ ਕਰਨ ਦੀ ਲੋੜ ਹੈ। ਕੁਛ ਗੱਲਾਂ ਨੇ ਜਿਹੜੀਆਂ ਕਿਸਾਨੀ ਨਾਲ ਜੁੜੀਆਂ ਨੇ ਜਿਵੇਂ ਹੁਣ 1500 ਰੁਪਈਆ ਪ੍ਰਤੀ ਏਕੜ ਸਿੱਧੀ ਝੋਨੇ ਦੀ ਬਿਜਾਈ ਬਾਰੇ ਉਹਨਾਂ ਨੇ ਵੀ ਹਦਾਇਤਾਂ ਕੀਤੀਆਂ ਨੇ ਕਿ ਹਰੇਕ ਐਮ ਐਲ ਏ ਆਪਣੇ ਆਪਣੇ ਵਿਧਾਨਸਭਾ 'ਚ ਇਸ ਗੱਲ ਨੂੰ ਅੱਛੇ ਤਰੀਕੇ ਨਾਲ ਰੱਖੇ ਸਭ ਨੂੰ ਸਮਝਾਵੇ ਉਹਦੇ ਨਾਲ ਕਿਸਾਨ ਦੀ ਫਸਲ ਦੇ ਵਿੱਚ ਵੀ ਵਾਧਾ ਹੋਏਗਾ ਪੰਜਾਬ ਦਾ ਪਾਣੀ ਵੀ ਬਚੇਗਾ ਔਰ ਪੰਜਾਬ ਦੇ ਵਿੱਚ ਜਿਹੜਾ ਇੱਕ ਇੱਕ ਜਿਹੜਾ ਫਾਈਨੈਂਸ਼ਲੀ ਕਿਸਾਨ ਇੱਕ ਸਫ਼ਰ ਕਰ ਰਿਹਾ ਉਹਦੇ ਵਿੱਚੋਂ ਨਿਜਾਤ ਮਿਲੇਗੀ। ਕਿਸਾਨ ਕਿਤੇ ਨਾ ਕਿਤੇ ਕਹਿ ਰਿਹਾ ਕਿ ਜਿਹੜਾ 1500 ਰੁਪਏ ਦੀ ਅਮਾਊਂਟ ਆ ਉਹ ਘੱਟ ਹੈ ਉਹ ਥੋੜ੍ਹੀ ਹੈ ਇਸ ਚੀਜ਼ ਨੂੰ ਲੈ ਕੇ ਸਿੱਧੀ ਬਿਜਾਈ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਦੋ ਹਜ਼ਾਰ ਲੈ ਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਭਗਵੰਤ ਮਾਨ ਸਾਹਿਬ ਹੋਰਾਂ ਨੇ ਅਨਾਊਂਸਮੈਂਟ ਕੀਤੀ ਹੈ ਸਾਨੂੰ ਤਾਂ ਵਧਾਈਆਂ ਆ ਰਹੀਆਂ ਨੇ ਜੀ ਸਾਨੂੰ ਤਾਂ ਮੁਬਾਰਕਬਾਦ ਦਿੱਤੀ ਜਾ ਰਹੀ ਕਿ ਬਹੁਤ ਅੱਛੀ ਗੱਲ ਹੈ। ਅਗਰ ਪਹਿਲੀਆਂ ਸਰਕਾਰਾਂ ਨੇ ਕਦਮ ਚੱਕੇ ਹੁੰਦੇ ਸ਼ਾਇਦ ਅੱਜ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ ਪਾਣੀ ਇੰਨਾ ਥੱਲੇ ਨਾ ਜਾਂਦਾ ਅਤੇ ਉਹ ਵਿਰੋਧੀਆਂ ਦਾ ਕੰਮ ਕਹਿਣਾ ਸਾਡਾ ਕੰਮ ਕਰਨਾ ਹੈ। ਭਗਵੰਤ ਮਾਨ ਸਾਹਿਬ ਬਹੁਤ ਗੰਭੀਰਤਾ ਨਾਲ ਬੜੇ ਅੱਛੇ ਤਰੀਕੇ ਨਾਲ ਵੈਲ ਮੈਨੇਜ ਕਰਕੇ ਸਭ ਦੇ ਸਹਿਯੋਗ ਦੇ ਨਾਲ ਸਾਡੇ ਅਸੀਂ ਸਾਰੇ ਐਮ ਐਲ ਏ ਸਾਡੀ ਸਾਰੀ ਟੀਮ ਜਿਹੜੀ ਹੈ ਪੂਰੀ ਪੰਜਾਬ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ। ਬਿਊਰੋਕਰੇਸੀ ਦੀ ਗੱਲ ਕੀਤੀ ਜਾ ਰਹੀ ਹੈ ਪਿੱਛੇ ਜਿਹੜੇ ਪੰਜਾਬ ਦੀ ਬਿਊਰੋਕਰੇਸੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਹਣੀ ਬੁਲਾਉਂਦੇ ਨੇ ਵਿਰੋਧੀ ਫੇਕ ਕਿਤੇ ਨਾ ਕਿਤੇ ਉਸ ਉੱਤੇ ਘੇਰਦੇ ਨਜ਼ਰ ਆਉਂਦੇ ਨੇ। ਹੁਣ ਐਮ ਓ ਯੂ ਨੇ ਗੈਰ ਸੰਵਿਧਾਨਿਕ ਦੱਸ ਦਿੱਤਾ ਬਕਾਇਦਾ ਪੀ ਪੀ ਸੀ ਸੀ ਪ੍ਰਧਾਨ ਜਿਹੜੇ ਨੇ ਉਹ ਆਰਟੀਕਲ ਨੰਬਰ 10 ਕੇ ਉਹਨਾਂ ਦੱਸਿਆ ਕਿ ਹਾਂ ਬਈ ਇਹ ਜਿਹੜਾ ਐਮ ਓ ਯੂ ਸਾਈਨ ਹੋਇਆ ਗੈਰ ਸੰਵਿਧਾਨਿਕ ਨਾ ਉੱਥੇ ਗਵਰਨਰ ਸਾਹਿਬ ਮੌਜੂਦ ਸੀ ਅਤੇ ਨਾ ਉੱਥੇ ਚੀਫ ਸੈਕਟਰੀ। ਮੇਰੀ ਗੱਲ ਸੁਣੋ, ਦਿੱਲੀ ਦੇ ਸਕੂਲਾਂ ਦੀ ਚਰਚਾ ਦੁਨੀਆ 'ਚ ਹੁੰਦੀ ਕਿ ਨਹੀਂ ਹੁੰਦੀ? ਦਿੱਲੀ ਦੇ ਹਸਪਤਾਲਾਂ ਦੀ ਮੁਹੱਲਾ ਕਲੀਨਿਕ ਦੀ ਚਰਚਾ ਦੁਨੀਆ 'ਚ ਹੁੰਦੀ ਕਿ ਨਹੀਂ ਹੁੰਦੀ? ਅਗਰ ਉਹ ਮੁਹੱਲਾ ਕਲੀਨਿਕ, ਅਗਰ ਉਹ ਦਿੱਲੀ ਦੇ ਸਕੂਲ, ਅਗਰ ਉਹ ਹਸਪਤਾਲ ਪੰਜਾਬ ਦੇ ਵਿੱਚ ਉਹ ਤਜ਼ਰਬਾ ਜਿਹੜਾ ਉਹ ਪੰਜਾਬ ਦੇ ਵਿੱਚ ਵੀ ਆ ਕੇ ਲੋਕਾਂ ਦਾ ਉਹ 'ਚ ਬੈਨੀਫਿਟ ਹੋਵੇ ਜੀ, ਮੈਨੂੰ ਦੱਸੋ 'ਚ ਨੁਕਸਾਨ ਕੀ ਹੈ ਜੀ? ਅਗਰ ਕਿਸੇ ਨੂੰ ਉਹਦਾ ਸਹੀ ਇਲਾਜ ਮਿਲ ਰਿਹਾ ਔਰ ਮੁਫਤ ਇਲਾਜ ਮਿਲ ਰਿਹਾ ਔਰ ਲੇਟੈਸਟ ਟੈਕਨੀਕ ਨਾਲ ਮਿਲ ਰਿਹਾ ਉਹ 'ਚ ਬੁਰਾਈ ਕੀ ਹੈ ਜੀ? ਇਹ 'ਚ ਮੈਨੂੰ ਦੱਸੋ ਜੀ, ਇਹ ਸਮਝੌਤੇ 'ਚ ਗਲਤ ਕੀ ਹੈ ਜੀ? ਸਮਝੌਤੇ ਨਾਲ ਕੇਜਰੀਵਾਲ ਸਾਹਿਬ ਨੇ ਕਿਤੇ ਨਾ ਕਿਤੇ ਇੱਕ ਸਿੱਧੀ ਉਹਨਾਂ ਨੇ ਕਹਿ ਦਿੱਤਾ ਕਿ ਮੇਰੀ ਪੂਰੀ ਇੰਟਰਫੇਰੈਂਸ ਰਹੂਗੀ ਇਸ ਚੀਜ਼ ਦੇ ਵਿੱਚ। ਮੇਰੀ ਗੱਲ ਸੁਣੋ ਸਰ, ਲੋਕਾਂ ਨਾਲ ਜਿਹੜੇ ਕੀਤੀਆਂ ਗਰੰਟੀਆਂ ਨੇ ਉਹਨਾਂ ਨੂੰ ਪੂਰਾ ਕਰਨਾ ਕੀ ਗੁਨਾਹ? ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਗੁਨਾਹ ਹੈ? ਕਿ ਲੋਕਾਂ ਦੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇਣੀ ਗੁਨਾਹ ਜੀ? ਅਗਰ ਇਹ ਗੁਨਾਹ ਜੀ ਫਿਰ ਤਾਂ ਮੈਂ ਮੰਨਦਾ ਕਿ ਵਾਕਈ ਗਲਤ ਕੀਤਾ ਜੀ, ਇਹ ਕੰਮ ਬਿਲਕੁਲ ਸਹੀ ਕੀਤਾ ਔਰ ਬੜੇ ਸੋਚ ਸਮਝ ਕੇ ਲੰਮੀ ਦੂਰਦਰਸ਼ਤਾ ਨਾਲ ਕੀਤਾ।
ਵਿਰੋਧੀਆਂ ਨੇ ਬੋਲਣਾ ਉਹ ਬੋਲੀ ਜਾਣਗੇ। ਤੁਸੀਂ ਦੇਖੋ ਸਾਲ ਬਾਅਦ ਜਦੋਂ ਸਕੂਲਾਂ ਦੀ ਆਊਟਪੁੱਟ ਨਿਕਲੀ ਨਾ, ਜਦੋਂ ਹਸਪਤਾਲਾਂ ਦੀ ਆਊਟਪੁੱਟ ਨਿਕਲੀ, ਇਹੀ ਵਿਰੋਧੀ ਫਿਰ ਉੱਥੇ ਆਪਣਾ ਇਲਾਜ ਕਰਾਉਂਦੇ ਨਜ਼ਰ ਆਉਣਗੇ ਫ੍ਰੀ 'ਚ। ਪੰਜਾਬ ਦੇ ਜਿਹੜੇ ਪੰਜਾਬ ਦੇ ਬਿਜਲੀ ਜਿਹੜਾ ਸੰਕਟ ਚੱਲ ਰਿਹਾ ਉਸਨੂੰ ਲੈ ਕੇ ਵੀ ਕੁਝ ਫੈਸਲੇ ਲਏ ਗਏ ਨੇ, ਕਿਉਂਕਿ ਕੋਲੇ ਦੀ ਘਾਟ ਲਗਾਤਾਰ ਜਿਹੜੀ ਹੈ ਉਸਨੂੰ ਲੈ ਕੇ ਵੀ ਸਵਾਲ ਚੱਕੇ ਨਜ਼ਰ ਆ ਰਹੇ ਸਨ ਕੋਲੇ ਦੀ ਘਾਟ ਨੂੰ ਲੈ ਕੇ, ਕਿਉਂਕਿ ਕਿਹਾ ਜਾ ਰਿਹਾ ਸੀ ਕਿ ਜਿਹੜੀ ਸੈਂਟਰ ਵੱਲੋਂ ਕੋਲੇ ਦੀ ਖੇਪ ਜਿਹੜੀ ਭੇਜੀ ਜਾਣੀ ਸੀ ਉਹ ਨਹੀਂ ਪਹੁੰਚੀ। ਅੱਜ ਦੱਸਿਆ ਸੀ ਐਮ ਸਾਹਿਬ ਨੇ ਕਿ ਕੋਲੇ ਦੀ ਖਾਨ ਹੈ ਜੀ ਬਿਹਾਰ 'ਚ ਜਿਹੜੀ ਪੰਜਾਬ ਸਰਕਾਰ ਦੀ ਹੈ ਉਹ ਐਂ ਪਈ ਸੀਗੀ, ਔਰ ਸੀ ਐਮ ਸਾਹਿਬ ਨੇ ਦੱਸਿਆ ਕਿ ਮੈਂ ਹੁਣ ਖੁਦ ਜਾ ਕੇ ਉਹ ਕੋਲੇ ਦੀ ਖਾਨ ਦਾ ਉਦਘਾਟਨ ਕਰਾਂਗਾ। ਕੋਲਾ ਉੱਥੋਂ ਸਿੱਧਾ ਸਪਲਾਈ ਹੈਗਾ, ਇਹ ਉੱਥੋਂ ਨਹੀਂ ਸੀ ਲੈਂਦੇ ਕੋਲਾ, ਇਹ ਬਾਹਰੋਂ ਲੈਂਦੇ ਸੀ, ਕਮਿਸ਼ਨ ਵਿੱਚ ਲੈਂਦੇ ਸੀ ਉਹਦੇ ਵਿੱਚ। ਕਿੰਨਾ ਮਿਸਮੈਨੇਜ ਸੀਗਾ ਜੀ। ਇਸ ਕਰਕੇ ਪੰਜਾਬ ਹਰ ਵਾਰ ਬਿਜਲੀ ਦੇ ਇਹਨਾਂ ਦਿਨਾਂ ਦੇ ਵਿੱਚ ਸਟਰਗਲ ਕਰਦਾ ਆ, ਪਰ ਜਿਵੇਂ ਜਿਵੇਂ ਹੁਣ ਸਮਾਂ ਨਿਕਲਦਾ ਜਾਏਗਾ, ਜਿਵੇਂ ਜਿਵੇਂ ਕੋਲੇ ਦੀ ਸਮੱਸਿਆ ਹੱਲ ਹੋਏਗੀ, ਜਿਵੇਂ ਸੋਲਰ ਐਨਰਜੀ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ। 2012 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਚੀਫ ਮਿਨਿਸਟਰ ਸੀਗੇ, ਔਰ ਸੁਖਬੀਰ ਬਾਦਲ ਨੇ ਇਸ ਕਰਕੇ ਸੋਲਰ ਐਨਰਜੀ ਦਾ ਪ੍ਰੋਜੈਕਟ ਡਿਨਾਈ ਕਰਤਾ ਸੀ ਕਿਉਂਕਿ ਉਹਦੇ ਵਿੱਚ ਉਹਨਾਂ ਦੀ ਮਨਮਰਜ਼ੀ ਦਾ ਕਮਿਸ਼ਨ ਨਹੀਂ ਸੀ ਮਿਲ ਰਿਹਾ। ਔਰ 2012 ਤੋਂ ਲੈ ਕੇ ਹੁਣ ਕਿੰਨਾ ਚੱਲ ਰਿਹਾ, 2022, 10 ਸਾਲ ਹੋ ਗਏ ਪੰਜਾਬ ਨੂੰ ਸਫ਼ਰ ਕਰਦਿਆਂ। ਅਗਰ ਕਿਤੇ ਅਕਾਲੀ ਦਲ ਸਰਕਾਰ ਨੇ ਉਦੋਂ ਸਹੀ ਫੈਸਲਾ ਕੀਤਾ ਹੁੰਦਾ, ਅੱਜ ਪੰਜਾਬ ਦੇ ਵਿੱਚ ਬਿਜਲੀ ਦਾ ਸੰਕਟ ਹੀ ਨਾ ਆਉਂਦਾ ਜੀ। ਔਰ ਜਿਹੜਾ ਇਹ ਸੰਕਟ ਹੈ ਇਹ ਵਾਕਈ ਗੰਭੀਰ ਆ, ਔਰ ਆਮ ਪਾਰਟੀ ਨੂੰ ਬੜੀ ਗੰਭੀਰਤਾ ਨਾਲ ਅੱਜ ਤਾਂ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਸੁਹਾਵਣਾ, ਬਰਸਾਤ ਵੀ ਹੋ ਕੇ ਹਟੀ ਹੈ, ਮੈਂ ਚਾਹੁੰਦਾ ਪੰਜਾਬ 'ਚ ਵੀ ਬਰਸਾਤ ਹੋਵੇ ਤਾਂ ਕਿ ਬਰਸਾਤ ਆਉਣ ਦੇ ਨਾਲ ਜਿਹੜਾ ਇੱਕਦਮ ਲੋੜ ਹੈ। ਇੱਕ ਕਣਕ ਦੀ ਫਸਲ ਖੜੀ ਸੀ, ਦਿਨੇ ਬਿਜਲੀ ਬੰਦ ਹੁੰਦੀ ਸੀ, ਰਾਤ ਨੂੰ ਫੈਕਟਰੀ ਨੂੰ ਵੀ ਬਿਜਲੀ ਚਾਹੀਦੀ ਹੈ, ਘਰਾਂ 'ਚ ਵੀ ਬਿਜਲੀ ਚਾਹੀਦੀ ਹੈ, ਉਹ ਲੋੜ ਇਕੱਠਾ ਹੋ ਜਾਂਦਾ ਜਿਹਦੇ ਕਰਕੇ ਥੋੜ੍ਹਾ ਜਿਹਾ ਮਿਸਮੈਨੇਜ ਜ਼ਰੂਰ ਹੋਇਆ, ਇਹ ਹਰੇਕ ਵਾਰ ਹੁੰਦਾ। ਯਾਰ ਇਹ ਜਿਹੜੀ ਸਮੱਸਿਆ ਬਿਜਲੀ ਦੀ ਨਾ, ਇਹ ਇਕੱਲੀ ਪੰਜਾਬ 'ਚ ਨਹੀਂ ਜੀ, ਇਹ ਪੂਰੇ ਦੇਸ਼ 'ਚ ਹੈ ਜੀ। ਇੱਕ ਆਖਰੀ ਸਵਾਲ, ਲਾਅ ਐਂਡ ਆਰਡਰ ਲੈ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘਿਰਦੀ ਨਜ਼ਰ ਆ ਰਹੀ ਹੈ, ਫਿਰ ਭਾਵੇਂ ਉਹ ਪਟਿਆਲਾ ਹਿੰਸਾ ਦਾ ਮਾਮਲਾ ਹੋਵੇ ਜਾਂ ਫਿਰ ਸ਼ਰੇਆਮ ਜਿਹੜੀਆਂ ਇਸ ਵੇਲੇ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ, ਉਸ ਨੂੰ ਵੀ ਕਿਤੇ ਨਾ ਕਿਤੇ ਲੈ ਕੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਲਗਾਤਾਰ ਘਿਰਦੀ ਨਜ਼ਰ ਆ ਰਹੀ, ਜਿਸ ਦੇ ਕਾਰਨ ਵਫਦ ਵੀ ਗਵਰਨਰ ਸਾਹਿਬ ਨੂੰ ਦਿੱਤੇ ਜਾ ਰਹੇ ਨੇ। ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਲਾਅ ਐਂਡ ਆਰਡਰ ਸਹੀ ਰਹਿਣਾ ਬਹੁਤ ਜ਼ਰੂਰੀ ਹੈ ਜੀ, ਪਰ ਪਿਛਲੀਆਂ ਸਰਕਾਰਾਂ ਦੇ ਵਿੱਚ ਲਾਅ ਐਂਡ ਆਰਡਰ ਕਿੰਨਾ ਖਰਾਬ ਸੀ, ਕਿੱਡੀਆਂ ਕਿੱਡੀਆਂ ਵੱਡੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ, ਔਰ ਹੁਣ ਦਾ ਜਿਹੜਾ ਲਾਅ ਐਂਡ ਆਰਡਰ ਹੈ ਇਹਦੇ ਪਿੱਛੇ ਕਿਤੇ ਨਾ ਕਿਤੇ ਮੈਨੂੰ ਐਂ ਲੱਗਦਾ ਕਿ ਕੁਛ ਕੁ ਤਾਕਤਾਂ ਜਿਹੜੀਆਂ ਨੇ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਤਾਂ ਕਿ ਭਗਵੰਤ ਮਾਨ ਸਰਕਾਰ ਦੀ ਗ੍ਰਿਪ ਨਾ ਬਣ ਸਕੇ। ਪਰ ਭਗਵੰਤ ਮਾਨ ਸਾਹਿਬ ਆਪਣੀ ਕਾਬਲੀਅਤ, ਆਪਣੀ ਸੂਝਬੂਝ ਦੇ ਨਾਲ ਬਹੁਤ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਆ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਵੀ ਹੱਥ ਜੋੜ ਕੇ ਪੰਜਾਬ ਦੇ ਲੋਕਾਂ ਲਈ ਅਰਦਾਸ ਕਰਦਾ ਸੱਚੇ ਪਾਤਸ਼ਾਹ ਚਰਨਾਂ 'ਚ ਕਿ ਪੰਜਾਬ ਚੜ੍ਹਦੀ ਕਲਾ 'ਚ ਰਹੇ, ਸਾਡੀ ਏਕਤਾ, ਸਾਡਾ ਜਿਹੜਾ ਪਿਆਰ ਹੈ, ਕੱਲ੍ਹ ਈਦ ਮਨਾ ਕੇ ਹਟੇ ਹਾਂ, ਹਿੰਦੂ, ਮੁਸਲਿਮ, ਸਿੱਖ, ਈਸਾਈ, ਅਸੀਂ ਇਕੱਠੇ ਰਹੀਏ ਔਰ ਪਿਆਰ ਨਾਲ ਰਹੀਏ ਔਰ ਪੰਜਾਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ। ਸਰ ਨਾਲ ਦੇ ਮਾਨ ਜਿਨ੍ਹਾਂ ਦੱਸਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਕੋਲੇ ਦੀ ਗੱਲ ਕੀਤੀ ਗਈ ਹੈ, ਹਾਲਾਂਕਿ ਜਿਹੜਾ ਕੋਲੇ ਦੀ ਖੇਪ ਦੀ ਗੱਲ ਕੀਤੀ ਜਾ ਰਹੀ ਸਿਰ ਸਰਕਾਰ ਵੱਲੋਂ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਹਨਾਂ ਦੱਸਿਆ ਕਿ ਭਗਵੰਤ ਮਾਨ ਨੇ ਅੱਜ ਕੋਲੇ ਦੀ ਇੱਕ ਬਿਹਾਰ ਦੇ ਵਿੱਚ ਇੱਕ ਖਾਨ ਦੱਸੀ ਹੈ ਜੋ ਕਿ ਪੰਜਾਬ ਦੇ, ਜਿਸ ਤੋਂ ਸਿੱਧਾ ਜਿਹੜਾ ਕੋਲਾ ਹੈ ਉਹ ਹੁਣ ਪੰਜਾਬ ਦੇ ਵਿੱਚ ਆਏਗਾ ਅਤੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਜਿਹੜੀ ਸਮੱਸਿਆ ਹੈ ਉਸਦਾ ਕਿਤੇ ਨਾ ਕਿਤੇ ਸਮਾਧਾਨ ਜ਼ਰੂਰ ਕੱਢਿਆ ਜਾਏਗਾ। ਅਤੇ ਨਾਲ ਨਾਲ ਜਿਹੜੇ 1500 ਰੁਪਏ ਦੇਣ ਦੀ ਗੱਲ ਕੀਤੀ ਗਈ ਹੈ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ, ਉਸ ਦੇ ਉੱਤੇ ਵੀ ਬੋਲਦੇ ਨਜ਼ਰ ਆਏ ਨੇ ਦੇ ਮਾਨ। ਕੈਮਰਾ ਪਰਸਨ ਪ੍ਰਵਿੰਦਰ ਸਹਿੰਦਰੁੱਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।